ਬ੍ਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦਾ ਚਾਰਜ ਸੰਭਾਲਣ ਤੋਂ ਬਾਅਦ ਲਗਾਤਾਰ ਜਿਹੜੀ ਵੱਡੀ ਕਾਰਵਾਈ ਆ ਉਹ ਨਿੱਜੀ ਕੰਪਨੀਆਂ ਦੀਆਂ ਬੱਸਾਂ ਦੇ ਚੱਲ ਰਹੀ ਆ ਜਿਵੇਂ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਵਿਭਾਗ ਦੇ ਵਿੱਚ ਬੇਨਿਜ਼ਮੀਆਂ ਜਿਹੜੀਆਂ ਨੇ ਜਿਹੜੀਆਂ ਟਰਾਂਸਪੋਰਟਸ ਕਰ ਰਹੀਆਂ ਨੇ ਉਸ ਨੂੰ ਸਹਿਣ ਨਹੀਂ ਕੀਤਾ ਜਾਊਗਾ ਜੇ ਵੱਡੀ ਕਾਰਵਾਈ ਟਰਾਂਸਪੋਰਟ ਵਿਭਾਗ ਦੀ ਸ਼੍ਰੀ ਮੁਖਸਰ ਸਾਹਿਬ ਵਿਖੇ ਵੇਖਣ ਨੂੰ ਮਿਲੀ ਆ ਜਿੱਤੇ ਛੇ ਬੱਸਾਂ ਜਿਹੜੀਆਂ ਨੇ ਉਹ ਫਿਲਹਾਲ ਜਿਹੜੀਆਂ ਨੇ ਫਰੀਦਕੋਟ ਤੋਂ ਆਰਟੀਏ ਨੇ ਨਿੱਜੀ ਕੰਪਨੀਆਂ ਦੀਆਂ ਬਸਤ ਕਰ ਦਿੱਤੀਆਂ ਨੇ ਔਰ ਵੱਖ-ਵੱਖ ਕੰਪਨੀਆਂ ਦੀਆਂ ਇਹ ਬੱਸਾਂ ਨੇ ਔਰ ਕਾਰਵਾਈ ਹਜੇ ਅੱਗੇ ਚੱਲ ਰਹੀ ਹੈ ਕਿਉਂਕਿ ਭਾਵੇਂ ਹਜੇ ਜਿਹੜੀ ਆ ਕੋਈ ਗੱਲਬਾਤ ਜਿਹੜੀ ਆ ਉਹ ਨਹੀਂ ਕਰ ਰਹੇ ਵਿਭਾਗੀ ਅਧਿਕਾਰੀ ਪਰ ਇੰਨੀ ਪੁਸ਼ਟੀ ਕਰ ਚੁੱਕੇ ਨੇ ਕਿ ਸ਼੍ਰੀ ਮੁਖਸਰ ਸਾਹਿਬ ਵਿੱਚ ਹੁਣ ਤੱਕ ਛੇ ਬੱਸਾਂ ਜਿਹੜੀਆਂ ਨੇ ਉਹ ਵਿਭਾਗੀ ਬੇਨਿਜ਼ਮੀਆਂ ਦੇ ਚਲਦਿਆਂ ਬੰਦ ਕਰ ਦਿੱਤੀਆਂ ਗਈਆਂ ਨੇ ਪਰ ਅਗਲੀਆਂ ਜਿਹੜੀਆਂ ਹੈਗੀਆਂ ਨੇ ਉਹ ਕਾਰਵਾਈ ਕਹਿੰਦੇ ਨੇ ਕਿ ਉਸੇ ਤਰ੍ਹਾਂ ਜਿਹੜੀ ਆ ਉਹ ਜਾਰੀ ਰਹੇਗੀ ਔਰ ਅੱਗੇ ਵੀ ਹੋਰ ਕਾਰਵਾਈ ਅੱਜ ਰਾਤ ਤੱਕ ਸ੍ਰੀ ਮੁਖਸਰ ਸਾਹਿਬ ਵਿਕੇ ਹੋਣ ਦੀ ਸੰਭਾਵਨਾ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਜਿਹੜੀਆਂ ਨੇ ਇਹ ਬੱਸਾਂ ਜਿਹੜੀਆਂ ਨੇ ਉਸੇ ਤਰ੍ਹਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਔਰ 6 ਦੀਆਂ 6 ਬੱਸਾਂ ਇੱਕ ਵਾਰ ਜਿਹੜੀਆਂ ਨੇ ਵਿਭਾਗੀ ਬੇਨਿਜ਼ਮੀਆਂ ਦੇ ਚਲਦੇ ਆ ਜੋ ਸਾਡੀ ਆਟੀਆਂ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਵਿਭਾਗੀ ਬੇਨਿਜ਼ਮੀਆਂ ਦੇ ਚਲਦੇ ਆ ਜਿਹੜੀਆਂ ਨੇ ਇਹ 6 ਬੱਸਾਂ ਜਿਹੜੀਆਂ ਨੇ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਨੇ ਔਰ ਹਜੇ ਉਹ ਕਹਿ ਰਹੇ ਨੇ ਕਿ ਕਾਰਵਾਈ ਜਿਹੜੀ ਆ ਉਸੇ ਤਰ੍ਹਾਂ ਚੱਲ ਰਹੀ ਆ ਔਰ ਅੱਗੇ ਹੋਰ ਜਿਹੜੀਆਂ ਨੇ ਉਹ ਬੱਸਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ ਇਹ ਜਿਹੜਾ ਸਾਰਾ ਕਾਰਜ ਹੈ ਅਸੀਂ ਕਹਿ ਸਕਦੇ ਆ ਕਿ ਲਗਾਤਾਰ ਜਿਹੜੀਆਂ ਨੇ ਉਹ ਸ਼ਿਕਾਇਤਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਤਿੰਨ ਨਿੱਜੀ ਕੰਪਨੀ ਦੀਆਂ ਬੱਸਾਂ ਉਹ ਸਾਹਮਣੇ ਖੜੀਆਂ ਨੇ ਔਰ ਤਿੰਨ ਇਹ ਬੱਸਾਂ ਨੇ ਜਿਹੜੀਆਂ ਲਗਾਤਾਰ ਜਿਹੜੀਆਂ ਨੇ ਬਿਨਾ ਟੈਕਸ ਜਾਂ ਹੋਰ ਜਿਹੜੀਆਂ ਵਿਭਾਗ ਦੀਆਂ ਬੇਨਿਜ਼ਮੀਆਂ ਸੀ ਉਹ ਕਰ ਰਹੀਆਂ ਸੀ ਔਰ ਇਸੇ ਤਰ੍ਹਾਂ ਇਹ ਜਿਹੜਾ ਸਿਸਟਮ ਚੱਲ ਰਿਹਾ ਸੀ ਪਰ ਫਿਲਹਾਲ ਜਿਹੜੀ ਹੈ ਵੱਡੀ ਕਾਰਵਾਈ ਵਿਭਾਗ ਨੇ ਕੀਤੀ ਆ ਔਰ 6 ਬੱਸਾਂ ਜਿਹੜੀਆਂ ਨੇ ਇਹ ਵੱਖ-ਵੱਖ ਨਿੱਜੀ ਕੰਪਨੀਆਂ ਦੀਆਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਨੇ ਪਰ ਵਿਭਾਗੀ ਅਧਿਕਾਰੀ ਅਜੇ ਹੋਰ ਪੜਤਾਲ ਕਰ ਰਹੇ ਨੇ ਔਰ ਅੱਗੇ ਹੋਰ ਕਾਰਵਾਈ ਜਿਹੜੀ ਆ ਹੋਣ ਦੀ ਉਮੀਦ ਹੈ ਜਗਬਾਣੀ ਲਈ ਕੁਲਦੀਪ ਸਿੰਘ ਰਣੀ ਸ੍ਰੀ ਮੁਕਸਰ ਸਾਹਿਬ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ ਧੰਨਵਾਦ